अजीत वैब टीवी की टीम वालों आप जी का स्वागत है। मैं जसवीर सिंह नूरपुर, अज असी पहुंचे हाँ टोल प्लाजा बहराम से, जिथे किसान जथेबंदियों वालों 19वें दिन अज धरना बरकरार रख्या होया, तो जिहड़ा किसी भी वाहन का कोई टोल प्लाजे से परची नहीं कट्टी जा रही, तो इस तरह जिहड़े जथेबंदियों का जिहड़ा रोह आ दिनों दिन वधदा रहा, तो जिहड़ी केंद्र सरकार आ उह अजे तक अपनी अड़ी तो टस तो मस नहीं हो रही। तो किसान जथेबंदियों की मंग है कि जिहड़े खेती कानून पास किए आ इन्हां नूं रद्द किया जाए, तो इस तरह जिहड़ा माहौल आ बिगड़ रहा, तो केंद्र सरकार ने जिहड़ा पंजाब दे नाल जिहड़ा धक्का आ दिनों दिन जारी आ हो रहा, चाहे वह पानियां दा मामला होवे, चाहे पंजाबी मां बोली दा मामला होवे, चाहे पंजाबी सूबे दा मामला होवे, इस तरह जिहड़ा हर किसानी दे मसले दे उत्ते केंद्र सरकार वल्लों धक्का किया जा रहा। अज जिहड़े किसान आ सड़कां दे उत्ते उतरे आ, टोल प्लाजे दे उत्ते दिन रात धरने चल रहे आ, तो अज जिहड़ा बहराम वाला धरना भी आ लगातार जिहड़ा जारी आ, तो किसान दिन रात अपना संघर्ष कर रहे हैं। तो आओ अज तुहानूं मिलाउने आ वख वख बुलारियां दे नाल जिहड़े अपने विचार पेश कर रहे हैं। जनता की आवाज़ होंगी, वह किसी एक आगू के अधीन नहीं चलता, जो जनता महसूस करती फिर आम जनता उही करती होंगी, जो सरकार अणगौलिया करेगी तो लोग सरकार नूं अणगौलिया करनगे, ये तो सरकार का फर्ज है। जिहड़ी लोगों की चुनी सरकार आ उन लोगों की गल सुननी होंगी है, जे कोई सरकार जनता की गल नहीं सुनूगी, जनता फिर आप महारे जो करना चाहू करना जानती है। जिहड़ियां तुसीं ट्रेनां दी गल कीती, असीं तां लोकां दी समस्या नूं ध्यान च रख के सारियां किसान जथेबंदियां ने रेलवे ट्रैकां दे उत्ते माल गड्डियां नूं चलाउण दी असीं योजना बना दित्ती सी, असीं ऐलान भी कर दित्ता, लेकिन झोने दा सीजन आ, बारदाना रुकिया होया पंजाब दे विच, डीएपी दी सप्लाई रुकी, आर्मी दा समान जिहड़ा जम्मू कश्मीर नूं जाणा उह रुकिया आ। जे हुण केंद्र सरकार ने रेलवे बंद कीती आ माल गड्डियां, इह सरकार दी बहुत माड़ी योजना, ਇਹ ਪੰਜਾਬ ਨੂੰ ਵੱਡਾ ਨੁਕਸਾਨ ਵੱਡਾ ਐਲਾਨ ਹੀ ਕਰ ਦਿੱਤਾ ਕਿ ਜਦੋਂ ਦਾ ਟਰੈਕ ਖਾਲੀ ਹੋ ਜਾਣ ਸਾਰਾ ਖਾਲੀ ਹੋ ਜਾਏ ਰੇਲਵੇ ਦੇ ਨਾਲ ਮਾਲ ਗੱਡੀ ਦੇ ਨਾਲ ਜਿਹੜੀਆਂ ਨਹੀਂ, ਫਿਰ ਪਹਿਲਾਂ ਕਦੇ ਚਲਾਈਆਂ, ਦੋ ਦਿਨ ਟ੍ਰੇਨਾਂ ਸਾਡੇ ਐਲਾਨ ਤੋਂ ਬਾਅਦ ਤਿੰਨ ਦਿਨ ਟ੍ਰੇਨਾਂ ਚੱਲੀਆਂ, ਕਿਤੇ ਇੱਕ ਵੀ ਰੁਕਾਵਟ ਦੱਸਣ ਕਿੱਥੇ ਕਿਸਾਨਾਂ ਨੇ ਪਾਈ, ਕਿਸਾਨਾਂ ਨੇ ਕਿਤੇ ਰੇਲਵੇ ਦੀਆਂ ਮਾਲ ਗੱਡੀਆਂ ਨੂੰ ਨਹੀਂ ਰੋਕਿਆ। ਇਹ ਜਿਹੜੀ ਬਖਲਾਟ ਵਿੱਚ ਆ ਕੇ ਕੇਂਦਰ ਸਰਕਾਰ ਆ, ਇਹ ਹੁਣ ਆਪਾਂ ਵਿਰੋਧੀ ਫੈਸਲੇ ਕਰਦੀ ਆ, ਕਿਸਾਨੀ ਅੰਦੋਲਨ ਨੇ ਚੂਲਾਂ ਹਲਾਈਆਂ ਸਰਕਾਰ ਦੀਆਂ, ਜੇ ਸਰਕਾਰ ਅਜੇ ਵੀ ਨਹੀਂ ਸੰਭਲੀ ਇਹ ਅੰਦੋਲਨ ਸਾਰੇ ਦੇਸ਼ ਵਿੱਚ ਜਾਣਾ, ਕਿਸਾਨਾਂ ਦੇ ਅਗੇਂਸਟ ਇੱਕ ਹੋਰ ਕਾਨੂੰਨ ਪਾਸ ਹੋਣ ਜਾ ਰਿਹਾ, ਜਿੰਨੇ ਮਰਜ਼ੀ ਹੋ ਜਾਣ ਜੀ, ਕਿਸਾਨ ਇਹਨਾਂ ਕਾਨੂੰਨਾਂ ਦੀ ਪਰਵਾਹ ਨਹੀਂ ਕਰਦੇ, ਜਦੋਂ ਜਨਤਾ ਆਪ ਮਹਾਰੇ ਨਿਤਰ ਕੇ ਮੈਦਾਨ 'ਚ ਆਉਂਦੀ ਆ ਫਿਰ ਬੜੇ ਬੜੇ ਤਖਤ ਜਿਹੜੇ ਉਹ ਹਿੱਲ ਜਾਂਦੇ। ਹਾਂਜੀ, ਮੈਂ ਦਵਿੰਦਰ ਸਿੰਘ ਸੰਧਵਾਂ, ਬੀ ਕੇ ਚੁੱਕ ਬਾਬਾ ਪ੍ਰੈਜ਼ੀਡੈਂਟ ਨਵਾਂਸ਼ਹਿਰ ਤੋਂ ਜੀ। ਸਾਡੇ ਜੋ ਪਿਛਲੇ 9 ਤਰੀਕ ਤੋਂ ਮੋਰਚਾ ਲੱਗਾ ਟੋਲ ਪਲਾਜ਼ਾ ਬਹਿਰਾਮ ਵਿਖੇ, ਉਹ ਅੱਜ 19ਵੇਂ ਦਿਨ ਵਿੱਚ ਪਹੁੰਚ ਗਿਆ ਹੈ। ਬਹੁਤ ਹੀ ਸ਼ਾਂਤੀਪੂਰਵਕ ਸਾਡਾ ਇਹ ਸੰਘਰਸ਼ ਚੱਲ ਰਿਹਾ ਹੈ, ਸਾਨੂੰ ਵੱਖ ਵੱਖ ਜਥੇਬੰਦੀਆਂ ਵੱਲੋਂ ਵੀ ਹਮਾਇਤ ਮਿਲ ਰਹੀ ਹੈ। ਅੱਜ ਸਾਡੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਸਟੇਟ ਲੈਵਲ ਦੇ ਸਕੱਤਰ ਸਾਹਿਬ ਸਤਨਾਮ ਸਿੰਘ ਸਾਨੀ ਸਾਡੇ ਵਿੱਚ ਆਏ, ਉਹਨਾਂ ਨੇ ਸਾਨੂੰ ਕਿਹਾ ਵੀ ਕਿਸੇ ਵੀ ਤਰ੍ਹਾਂ ਡਰਨਾ ਨਹੀਂ, ਝੁਕਣਾ ਨਹੀਂ, ਅਸੀਂ ਤੁਹਾਡੇ ਨਾਲ ਹਾਂ, ਹਰ ਹਿੱਲੇ ਉਹ ਸਾਡੇ ਨਾਲ ਚੱਲਦੇ ਨੇ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਬਾਕੀ ਸਰਕਾਰਾਂ ਦੇ ਤਾਂ ਆਪਾਂ ਰੁੱਖ ਦੇਖ ਹੀ ਰਹੇ ਹਾਂ, ਸਰਕਾਰਾਂ ਨਹੀਂ ਚਾਹੁੰਦੀਆਂ ਕਿ ਕਿਸਾਨ ਆਪਣੇ ਮੋਰਚਿਆਂ ਵਿੱਚ ਸਫਲ ਹੋਣ, ਸਾਡੇ ਮੋਰਚਿਆਂ ਨੂੰ ਢਾਲ ਲਾਉਣ ਲਈ ਸਰਕਾਰਾਂ ਜੱਦੋ ਜਹਿਦ ਕਰ ਰਹੀਆਂ, ਪਰ ਅਸੀਂ ਇੱਕਜੁੱਟਤਾ ਨਾਲ ਆਪਣੇ ਮੋਰਚੇ 'ਤੇ ਡਟੇ ਰਹਾਂਗੇ। ਹਾਂਜੀ, ਜੋ ਸਾਡੇ ਇੱਥੇ ਬਹਿਰਾਮ ਟੋਲ ਪਲਾਜ਼ਾ 'ਤੇ ਮੋਰਚਾ ਲੱਗਾ ਹੈ ਜਿਵੇਂ ਤਾਂ ਕਿਸਾਨ ਭਰਾਵਾਂ ਵੱਲੋਂ, ਇਹ 9 ਤਰੀਕ ਤੋਂ ਸ਼ੁਰੂ ਹੋਇਆ ਅਤੇ ਅੱਜ 19ਵੇਂ ਦਿਨ ਵਿੱਚ ਇਹ ਦਾਖਲ ਹੋਇਆ, ਅਤੇ ਸਾਡੀ ਇਹ ਮੰਗ ਆ ਮੋਦੀ ਸਰਕਾਰ ਤੋਂ ਕਿ ਜਿਹੜੇ ਕਾਲੇ ਕਾਨੂੰਨ ਉਹਨਾਂ ਨੇ ਪਾਸ ਕੀਤੇ ਆ ਉਹ ਉਹਨਾਂ ਨੂੰ ਬੰਦ ਕਰਨੇ ਚਾਹੀਦੇ ਆ। ਜਦ ਤੋਂ ਕੋਈ ਕਾਲੇ ਕਾਨੂੰਨ ਵਾਪਸ ਨਹੀਂ ਲੈਂਦਾ, ਸਾਡੀ MSP ਜਿਹੜੀ ਉਹ ਦੂਜਾ ਉਹ ਉਸੇ ਤਰ੍ਹਾਂ ਰਹਿ ਸਾਨੂੰ ਵਾਅਦਾ ਨਹੀਂ ਕਰਦਾ, ਲਿਖਤੀ ਰੂਪ ਵਿੱਚ ਲਵਾਂਗੇ। ਟੋਲ ਪਲਾਜ਼ਾ ਬੰਦ ਹੈ ਔਰ ਜੋ ਕਿਸੇ ਪੈਸੰਜਰ ਨੂੰ ਕੋਈ ਵੀ ਦਿੱਕਤ ਨਹੀਂ ਆ ਰਹੀ, ਬਿਨਾਂ ਪੈਸੇ ਦਿੱਤਿਆਂ ਤੋਂ ਉਹ ਲੰਘ ਬੜੀ ਖੁਸ਼ੀ ਦੇ ਨਾਲ ਜਾ ਰਹੇ ਆ। ਔਰ ਇਹ ਗੱਲ ਕਹਿ ਕੇ ਜਾਂਦੇ ਆ ਕਿ ਜਿਹੜੇ ਅਸੀਂ ਇਹਨਾਂ ਕੰਜਰਾਂ ਨੇ ਟੋਲ ਪਲਾਜ਼ਾ ਲਾਇਆ, ਅਸੀਂ ਉਹਦੇ ਕੋਈ ਪੈਸਾ ਨਹੀਂ ਲੈਣਾ, ਅਸੀਂ ਕਿਸਾਨ ਯੂਨੀਅਨ ਦੇ ਨਾਲ ਖੜ੍ਹੇ ਹਾਂ। ਹਾਂਜੀ, ਅਤੇ ਹੋਰ ਅੱਗੇ ਜੋ ਕਾਲੇ ਕਾਨੂੰਨ, ਇਹਦੇ ਵਾਸਤੇ ਸਾਰੇ ਪਤਾ ਹੀ ਹੈ ਕਿ ਕਾਲੇ ਕਾਨੂੰਨ ਆ ਜੋ ਜਦ ਤੱਕ ਵਾਪਸ ਨਹੀਂ ਜਾਂਦੇ ਉਦ ਤੱਕ ਇਹ ਧਰਨਾ ਚੱਕਿਆ ਰਹਿ ਜਾਵੇਗਾ। ਔਰ ਬੜੇ ਅੱਜ ਤੱਕ ਕੰਮ ਦੇ ਦਿਨ ਆ, ਝੋਨਾ ਕੱਟ ਰਿਹਾ ਕਿਸਾਨ, ਕਣਕ ਬੀਜ ਰਿਹਾ, ਜਿਸ ਦਿਨ ਸਾਡਾ ਕੰਮ ਹੈ ਝੋਨੇ ਦਾ ਜਾਂ ਕਣਕ ਬੀਜਣ ਦਾ ਖਤਮ ਹੋ ਗਿਆ 8-10 ਦਿਨ ਦੇ ਬਾਅਦ, ਅਤੇ ਇਸ ਟੋਲ ਪਲਾਜ਼ਾ 'ਤੇ ਦੇਖੋ ਕਿ ਕਿੰਨੀਆਂ ਰੌਣਕਾਂ ਹੋਣਗੀਆਂ, ਘਰਾਂ ਦੇ ਵਿੱਚੋਂ ਬੱਚੇ ਵੀ ਨਾਲ ਆਉਣਗੇ, ਜਨਾਨੀਆਂ ਵੀ ਨਾਲ ਆਉਣਗੀਆਂ। ਔਰ ਆਪਾਂ ਜਿਹੜਾ ਇਹ ਧਰਨਾ ਹੈ ਪੂਰਾ ਮਨ ਚੱਲ ਰਿਹਾ, ਕੋਈ ਇੱਥੇ ਕਿਸੇ ਦੀ ਬੇਇੱਜ਼ਤੀ ਨਹੀਂ ਹੋ ਰਹੀ ਜਾਂ ਕਿਸੇ ਕੁਛ ਹੋਰ ਨਹੀਂ ਹੋ ਰਿਹਾ, ਕੋਈ ਜਿਹੜੇ ਨੌਜਵਾਨ ਆ ਉਹ ਇਸ ਤਰ੍ਹਾਂ ਨਹੀਂ ਕਰ ਰਹੇ ਕਿ ਆਹ ਰਸਤਾ ਰੋਕਣਾ ਸੀ, ਰਸਤਾ ਨਿਰੰਤਰ ਚੱਲਦਾ ਔਰ ਚੱਲਦਾ ਰਹੇਗਾ। ਸਿਰਫ ਸਾਡੀ ਤਾਂ ਮੰਗ ਆ, ਅਸੀਂ ਇੱਥੇ ਦਿਨ ਰਾਤ ਟੋਲ ਪਲਾਜ਼ਾ 'ਤੇ ਹੈ, ਅਤੇ ਜੋ
ਸਾਡੇ ਸਾਰਿਆਂ ਦਾ ਯੂਨੀਅਨ ਦਾ ਇਹ ਕੰਮ ਹੈਗਾ ਕਿ ਆਪਾਂ ਜਦ ਤੱਕ ਸਾਡੇ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ ਅਸੀਂ ਉਹ ਧਰਨਾ ਜਾਰੀ ਰੱਖਾਂਗੇ ਅਤੇ ਬਾਕੀ ਦੋ ਸਾਡੇ ਲੋਕਾਂ ਦਾ ਸਾਥ ਸਾਨੂੰ ਮਿਲ ਰਿਹਾ। ਦੇਖੋ ਲੰਗਰ ਪ੍ਰਸ਼ਾਦਾ ਜਿਹੜਾ ਉਹ ਪਿੰਡਾਂ ਵਿੱਚੋਂ ਸਾਡੇ ਅੱਜ ਤੋਂ 10-12 ਦਿਨ ਅੱਗੇ ਲਈ ਵੀ ਬੁਕਿੰਗ ਹੋਈ ਹੋ ਆ ਅਤੇ ਪਿੰਡਾਂ ਵਿੱਚੋਂ ਅਨਾਜ ਜਿਹੜਾ ਉਹ ਆਪਾਂ ਜਿਹੜਾ ਲੰਗਰ ਪਾਣੀ ਉਹ ਪੱਕ ਕੇ ਆ ਰਿਹਾ, ਚਾਹ ਦਾ ਲੰਗਰ ਨਿਰੰਤਰ ਚੱਲ ਰਿਹਾ ਇੱਥੇ ਅਤੇ ਕਿਸਾਨ ਜਿਹੜੇ ਆ ਉਹ ਹਮਮ ਆ ਕੇ ਇੱਥੇ ਪਹੁੰਚ ਰਹੇ ਆ। ਇੰਨੀਆਂ ਗੱਲਾਂ ਨਾਲ ਮੈਂ ਆਪਣੇ ਸਮਾਪਤ ਕਰਦਾ ਕਿ ਸਾਡਾ ਜਿਹੜਾ ਮੰਗ ਆ, ਅੱਜ ਅਸੀਂ ਅਖਬਾਰ 'ਚ ਪੜ੍ਹਿਆ ਕਿ ਮੋਦੀ ਨੇ ਜਿਹੜੀਆਂ ਮਾਲ ਗੱਡੀਆਂ ਕਿਸਾਨਾਂ ਨੇ ਛੂਟ ਦਿੱਤੀ ਸੀ ਉਹ ਵੀ ਬੰਦ ਕਰਤੀ, ਉਹ ਕਿਸਾਨਾਂ ਦੇ ਨਾਲ ਜਰਾ ਸਰਾਸਰ ਪੰਜਾਬ ਨਾਲ ਧੱਕਾ ਕਰ ਰਿਹਾ ਅਤੇ ਉਹ ਕਹਿੰਦਾ ਵੀ ਮੈਂ ਗੱਡੀਆਂ ਨਹੀਂ ਭੇਜਣੀਆਂ, ਪਹਿਲਾਂ ਜਿਹੜੇ ਲਾਈਨਾਂ ਉਹ ਖਾਲੀ ਕਰੋ। ਲਾਈਨਾਂ ਤਾਂ ਤਦੇ ਅਸੀਂ ਖਾਲੀ ਕਰਾਂਗੇ ਜੇ ਸਾਨੂੰ ਉਹਦੇ ਵਿੱਚ ਕੁਛ ਮਿਲਦਾ ਹੋਵੇ, ਸਾਨੂੰ ਅੱਜ ਤੱਕ ਕੁਛ ਨਹੀਂ ਦਿੱਤਾ ਨਾ ਉਹ ਦੇਣ ਨੂੰ ਤਿਆਰ ਆ। ਜਿਹੜੇ ਜ਼ਿਮੀਦਾਰ ਆ ਕਿਸਾਨ ਯੂਨੀਅਨ ਰਾਡੀਆਂ ਇਸ ਚੀਜ਼ 'ਤੇ ਕਿ ਅਸੀਂ ਆਪਣੇ ਜਿਹੜੇ ਕਾਲੇ ਕਾਨੂੰਨ ਵਾਪਸ ਕਰਕੇ ਫਿਰ ਅਸੀਂ ਧਰਨੇ ਚੱਕਾਂਗੇ, ਟੋਲ ਪਲਾਜ਼ੇ ਵੀ ਉਸ ਦਿਨ ਖੁੱਲ੍ਹਣਗੇ, ਬਾਕੀ ਸਾਰੇ ਕੰਮ ਕਾਰ ਇਸ ਤਰ੍ਹਾਂ ਚੱਲਦੇ ਰਹਿਣਗੇ। ਧੰਨਵਾਦ। ਮੈਂ ਜਸਵੀਰ ਸਿੰਘ ਨੂਰਪੁਰ, ਮੇਰੇ ਨਾਲ ਕੈਮਰਾਮੈਨ ਗੁਰਜਿੰਦਰ ਸਿੰਘ ਗੁਰੂ। ਦੇਸ਼ ਦੁਨੀਆ 'ਤੇ ਕੋਰੋਨਾ ਮਹਾਂਮਾਰੀ ਦਾ ਅਸਰ, ਇਹ ਜ਼ਰੂਰੀ ਹੈ ਕਿ ਤੁਹਾਨੂੰ ਮਿਲੇ ਸਹੀ ਜਾਣਕਾਰੀ ਅਤੇ ਪਤਾ ਹੋਵੇ ਸੱਚੀ ਖਬਰ। ਅਜੀਤ ਵੈਬ ਟੀਵੀ ਦੇ ਸੈਂਕੜੇ ਪੱਤਰਕਾਰਾਂ ਦੀ ਹੈ ਹਰ ਪਲ ਹਰ ਜਗ੍ਹਾ ਤੇ ਹਰ ਸਥਿਤੀ ਤੇ ਪੈਣੀ ਨਜ਼ਰ। ਪਿੰਡ ਕਸਬਾ ਸ਼ਹਿਰ ਹੋਵੇ ਜਾਂ ਦੇਸ਼ ਵਿਦੇਸ਼, ਅਸੀਂ ਜੁੜੇ ਹਾਂ ਤੁਹਾਡੇ ਨਾਲ ਅਖਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ। ਕਲਮ ਦੀ ਤਾਕਤ ਤੇ ਵੈਬ ਟੀਵੀ ਦੇ ਮਾਧਿਅਮ ਦੇ ਨਾਲ ਹਰ ਜਨ ਤੱਕ ਪਹੁੰਚਾਵਾਂਗੇ ਹਰ ਮਨ ਦੀ ਆਵਾਜ਼, ਹਰ ਆਮੋ ਖਾਸ ਤੇ ਹਕੂਮਤ ਨੂੰ ਵੀ ਕਰਾਂਗੇ ਸਵਾਲ ਜਵਾਬ। ਆਪ ਨਹੀਂ ਤਾਂ ਪਹੁੰਚੇਗੀ ਸਾਡੀ ਵੀਡੀਓ ਕਾਲ। ਅਫਵਾਹਾਂ ਤੋਂ ਬਚੋ ਅਤੇ ਸੱਚੀਆਂ ਤੇ ਸਹੀ ਖਬਰਾਂ ਦੇ ਲਈ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ।